ਦੋਸਤੋ ਸਤਿ ਸ੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਕਿਸਾਨ ਵੀਰੋ ਪਹੁੰਚਿਆ ਪਿੰਡ ਜਨੇਰ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ। ਮੋਗੇ ਦੇ ਬਿਲਕੁਲ ਲਾਗੇ ਪਿੰਡ ਜਨੇਰ, 9 ਕਿਲੋਮੀਟਰ ਦੀ ਦੂਰੀ ਆ। ਲੁਹਾਰਾ ਪਿੰਡ ਬਿਲਕੁਲ ਲਾਗੇ ਆ ਅਤੇ ਕੋਟ ਈਸੇ ਖਾਂ ਤੋਂ ਤਕਰੀਬਨ ਕੋਈ 5 ਕੁ ਕਿਲੋਮੀਟਰ ਦੀ ਦੂਰੀ ਆ। ਸੋ ਮਾਝੇ ਵਾਲੀ ਸਾਈਡ ਤੋਂ ਕਿਸੇ ਵੀਰ ਨੇ ਆਉਣਾ, ਚਾਹੇ ਦੁਆਬੇ ਵਾਲੀ ਸਾਈਡ ਤੋਂ ਆਉਣਾ, ਅਤੇ ਮਹੂ ਤੋਂ ਤਕਰੀਬਨ ਕੋਈ 30-32 ਕਿਲੋਮੀਟਰ ਦੀ ਦੂਰੀ ਆ, ਅਤੇ ਜੀਰੇ ਤਹਿਸੀਲ ਤੋਂ ਤਕਰੀਬਨ ਕੋਈ 15-18 ਕਿਲੋਮੀਟਰ ਦੀ ਦੂਰੀ ਆ ਪਿੰਡ ਜਨੇਰ ਦੀ। ਕੋਟੀਸੇ ਖਾਂ ਤੋਂ ਜਦੋਂ ਆਪਾਂ ਦੋਸਤੋ ਮੋਗੇ ਜਾਂਦੇ ਹਾਂ ਅਤੇ ਰਸਤੇ ਵਿੱਚ ਪਿੰਡ ਜਨੇਰ ਆਉਂਦਾ, ਗਗੜਾ ਗਗੜਾ ਟੱਪਦਿਆਂ ਸਾਰ ਅਗਲਾ ਪਿੰਡ ਜਨੇਰ ਆ, ਅਤੇ ਨਾਲ ਹੀ ਲੁਹਾਰਾ ਪਿੰਡ ਆ ਜਾਂਦਾ। ਸਰਦਾਰ ਜਗਤਾਰ ਸਿੰਘ ਉਹਨਾਂ ਦੇ ਘਰ ਅੱਜ ਆਪਣੀ ਵਿਜਿਟ ਆ ਦੋਸਤੋ। ਘਰੇਲੂ ਘਰ ਦੇ ਵਿੱਚੋਂ ਆਪਾਂ ਤੁਹਾਨੂੰ ਅੱਜ 2 ਮੱਝਾਂ ਦਿਖਾਉਣੀਆਂ ਨੇ। ਇੱਕ ਮੱਝ ਬਿਲਕੁਲ ਸਜਰ ਤਾਜ਼ੀ ਸੂਈ ਆ, ਜਿਹੜੀ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ ਬਿਲਕੁਲ ਸਕਰੀਨ 'ਤੇ। ਇੱਕ ਗੱਭਣ ਤਿਆਰੀ ਵਾਲੀ ਆ, ਠੀਕ ਹੈ ਜੀ। ਪਸ਼ੂ ਘਰ ਦੇ ਆ, ਘਰੇਲੂ ਪਸ਼ੂ ਆ, ਅਤੇ ਕੋਈ ਇਮੀਡੀਏਟਲੀ ਜਿਹੜਾ ਦੋਸਤੋ ਕਾਰਨ ਇੱਦਾਂ ਦਾ ਬਣ ਗਿਆ, ਫੋਰਨ ਦਾ ਜਿਹੜਾ ਦੋਸਤੋ ਬਾਹਰ ਦਾ ਕਾਰਨ ਬਣ ਗਿਆ ਜਾਣ ਦਾ। ਅਤੇ ਸਰਦਾਰ ਸਾਹਿਬ ਹੋਣੀ ਜਿਹੜੇ ਦੋਨੋਂ ਪਸ਼ੂ ਇਹ ਸੇਲ ਕਰਦੇ ਪਏ ਆ। ਇੱਕ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੀ, ਠੀਕ ਹੈ ਜੀ। ਇਹ ਚੌਥਾ ਸੂਆ ਸੂਣੀ ਆ, ਗੱਭਣ ਆ ਤਿਆਰੀ ਵਾਲੀ, ਇੱਕ ਚੌਥਾ ਸੂਆ ਸੂਈ ਆ, ਠੀਕ ਆ ਜੀ। ਸੋ ਡਿਟੇਲ ਜਿਹੜੀ ਆ ਸਟਾਰਟਿੰਗ ਦੋਸਤੋ ਆਪਾਂ ਇਸੇ ਮੱਝ ਤੋਂ ਕਰਾਂਗੇ, ਅਤੇ ਪੂਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਖੁਦ ਇਹਨਾਂ ਮੱਝਾਂ ਦੀ ਦੇ ਦੂੰਗਾ, ਕੀ ਰੇਟ ਪੜਤਾ, ਕਿੰਨਾ ਥੱਲੇ ਦੁੱਧ ਆ, ਉਹ ਪੂਰੀ ਡਿਟੇਲ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆਂਗਾ, ਠੀਕ ਹੈ ਜੀ। ਅਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ, ਅੱਜ 1 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ। ਸਮਾਂ ਦੋਸਤੋ ਕੋਈ ਮੋਰਨਿੰਗ ਦੇ 11:30-12 ਵਜੇ ਦਾ। ਦੋਨੋਂ ਨਾਗ ਆ ਦੋਸਤੋ, ਦੋਨੋਂ ਨਾਗ ਘਰ ਦੇ ਘਰੇਲੂ ਨਾਗ ਆ, ਠੀਕ ਆ ਜੀ। ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਜਿਹੜੀ ਚੁਬਾਈ ਆ ਇਸ ਮੱਝ ਦੀ ਦਿਖਾ ਦਾਂਗੇ। ਇਹ ਮੱਝ ਕਿਸਾਨ ਵੀਰੋਂ ਚੌਥਾ ਸੂਆ ਸੂਈ ਹੈ, ਅੱਜ ਤਕਰੀਬਨ 5-6 ਦਿਨਾਂ ਦੀ ਸੂਈ ਹੈ, ਠੀਕ ਆ। ਅਤੇ ਕਦਕਾਠ ਦੀ ਚੰਗੀ ਆ, ਵੇਲਬੂਲ ਸਪੈਸ਼ਲ ਆ, ਤੁਸੀਂ ਵੇਖੋ ਲੰਬੀ ਪੂਰੀ ਆ ਵੇਲਬੂਲ ਦੀ, ਅਤੇ ਮਗਰ ਇਹਦੇ ਕੱਟਾ ਮੇਲ ਕਾਫ ਨੂੰ ਜਨਮ ਦਿੱਤਾ, ਠੀਕ ਆ ਜੀ। ਆਹ ਬੱਚਾ ਤੁਸੀਂ ਵੇਖ ਲਓ, ਠੀਕ ਆ, ਇਹ ਕੱਟਾ ਮਗਰ, ਅਤੇ ਹਰਵਰ ਆਈ ਆ, ਠੀਕ ਆ ਜੀ। ਬਿਲਕੁਲ ਸਾਲ ਬਾਅਦ ਹੀ, ਤਕਰੀਬਨ 1.5 ਮਹੀਨੇ ਬਾਅਦ ਜਿਹੜੀ ਆ ਨਵੇਂ ਦੁੱਧ ਰਲ ਜਾਂਦੀ ਆ, ਅਤੇ ਚੌਥਾ ਸੂਆ ਇਸ ਵਾਰ ਸੂਈ ਆ। ਅਤੇ ਪਿਛਲੇ ਸੂਏ ਦੋਸਤੋ ਜੋ ਦੁੱਧ ਮਿਲਕ ਦੀ ਗੱਲਬਾਤ ਪੁੱਛੀ ਆਪਾਂ ਸਰਦਾਰ ਜਗਤਾਰ ਸਿੰਘ ਹੋਣਾ ਤੋਂ, ਅਤੇ 9-10 ਕਿਲੋ ਜਿਹੜੀ ਆ ਮਿਲਕਿੰਗ ਆ, ਨੋਰਮਲ ਸੇਵਾ 'ਤੇ ਵੀ ਬਾਹਲਾ ਜ਼ਿਆਦਾ ਆਪਾਂ ਕਹਿ ਲਈਏ ਵੀ ਜ਼ਿਆਦਾ ਵੰਡ ਬਣੇ ਵਾ ਨਹੀਂ, ਨੋਰਮਲ ਜੀ ਸੇਵਾ ਪੱਠੇ ਡੱਕੇ ਦੇ, ਅਤੇ ਆਮ ਨੋਰਮਲ ਫੀਡ 'ਤੇ ਕੋਈ 9-10 ਕਿਲੋ ਦੁੱਧ ਚਬਾਉਂਦੀ ਰਹੀ ਹੈ, ਠੀਕ ਹੈ ਜੀ। ਅਤੇ ਹੁਣ ਤਕਰੀਬਨ ਅੱਜ 5-6 ਦਿਨਾਂ ਦੀ ਸੂਈ ਦੇ ਥੱਲੇ 6-7 ਕਿਲੋ ਕੋਈ ਵੀਰ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ। ਅਜੇ ਤਕਰੀਬਨ 6 ਦਿਨ ਹੀ ਹੋਏ ਆ, ਬੌਲੇ ਤੋਂ ਬਾਹਰ ਹੀ ਆਈ ਆ, ਅਤੇ ਚੋਣ ਚਣ ਚੰਗੀ ਆ। ਬਾਕੀ ਨਾਲ ਦੀ ਨਾਲ ਹੀ ਆਪਾਂ ਜਿਹੜੀ ਤੁਹਾਨੂੰ ਚੁਬਾਈ ਵੀ ਦਿਖਾਵਾਂਗੇ, ਠੀਕ ਆ ਜੀ, ਤਾਂ ਜੋ ਕਿਸੇ ਵੀਰ ਨੂੰ ਦੂਰ ਨੇੜੇ ਬੈਠੇ ਨੂੰ ਇਹ ਪਤਾ ਲੱਗ ਸਕੇ ਵੀ ਕੋਈ ਭੂਰ ਛੱਟਾ, ਕੋਈ ਫੁਹਾਰਾ ਪਸ਼ੂ ਦੇ ਥਣਾਂ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ, ਠੀਕ ਆ। ਅਤੇ ਵਿਰਲ ਵੰਡ ਜਿਹੜੀ ਆਪਸੀ ਥਣਾਂ ਦੀ ਆ ਤੁਸੀਂ ਵੇਖ ਸਕਦੇ ਜੀ, ਠੀਕ ਆ। ਸੋ ਵੰਡ ਵੁੰਡ ਆਪਸੀ ਥਣਾਂ ਦੀ ਚੰਗੀ ਆ, ਅਤੇ ਥਣ ਵੀ ਪੂਰਾ ਹੱਥੀਂ ਚੁਬਾਈ ਵਾਲਾ, ਠੀਕ ਆ, ਅਤੇ ਹੈ ਪੂਰੀ ਨਿੱਗਰ ਆ ਪਿੰਡੇ ਦੀ, ਵਜਨ ਦੌੜ ਫੁੱਲ ਫਟਾ ਫੁੱਲ ਆ, ਠੀਕ ਆ ਜੀ। ਅਤੇ ਥੋੜ੍ਹੀ ਜਿਹੀ ਅੱਗੇ ਕੋਈ ਵੀਰ ਕੇਅਰ ਕਰ ਲੂਗਾ, ਚੰਗੀ ਸੇਵਾ ਕਰ ਲੂਗਾ ਆਪਦੇ ਬਿਲਕੁਲ ਘਰੇ ਲਿਜਾ ਕੇ, ਠੀਕ ਆ ਜੀ, ਅਤੇ ਦੁੱਧ ਵਧੂਗੀ, ਠੀਕ ਆ, ਕਿਉਂਕਿ ਪਸ਼ੂ ਤਾਜ਼ਾ ਸੋਇਆ ਸੁਆਇਆ। ਅਤੇ ਉਮੀਦ ਆਪਾਂ ਕਰਦੇ ਹਾਂ ਵੀ ਘੱਟੋ ਘੱਟ 20-25 ਦਿਨਾਂ ਤੱਕ ਜਾਂਦੇ ਜਾਂਦੇ ਪਸ਼ੂ ਦੁੱਧੋਂ ਪੂਰੇ ਪੀਕ 'ਤੇ ਚੜ੍ਹਦਾ, ਠੀਕ ਆ। ਅਤੇ ਹੁਣ ਤਕਰੀਬਨ ਕੋਈ 6-7 ਦੇ ਦਰਮਿਆਨ ਚੱਲ ਰਹੀ ਆ। ਇੱਕ ਵਾਰੀ ਤੁਹਾਨੂੰ ਆਪਾਂ ਖੋਲ੍ਹ ਕੇ ਥੋੜ੍ਹਾ ਜਿਹਾ ਤੋਰ ਕੇ ਲੰਬਾ ਦਿਖਾ ਦਿੰਦੇ ਹਾਂ, ਤਾਂ ਜੋ ਸਾਰੇ ਵੀਰਾਂ ਨੂੰ ਸਮਝ ਆ ਜਾਵੇ। ਹਾਂਜੀ ਭਾਅ ਜੀ, ਤੋਰ ਦਿਆ ਜੀ। ਠੀਕ ਆ, ਸੋ ਘਰੇਲੂ ਘਰ ਦੇ ਪਸ਼ੂ ਆ। ਸੋ ਜਿਹੜੇ ਵੀਰ ਉਚੇਚੇ ਤੌਰ 'ਤੇ ਜ਼ਿਕਰ ਕਰਦੇ ਰਹਿੰਦੇ ਵੀ ਇੱਕ ਘਰ ਦੇ ਵਿੱਚੋਂ ਘਰੇਲੂ ਪਸ਼ੂ ਆਪਾਂ ਖਰੀਦਣਾ, ਹਾਂਜੀ ਥੋੜ੍ਹਾ ਜਿਹਾ ਪਰਾਂ ਨੂੰ ਤੋਰ ਲਿਆ ਜੀ, ਹਾਂਜੀ ਤੋਰ ਲਿਓ ਜੀ।
ਠੀਕ ਹੈ ਜੀ। ਸੋ ਡਿਮਾਂਡ ਦੀ ਜੇਕਰ ਦੋਸਤੋ ਗੱਲ ਕਰੀਏ, ਡਿਮਾਂਡ ਦੀ 82,000 ਭਾਜੀ ਹੁਣਾਂ ਕੀਤੀ ਹੈ, ਠੀਕ ਹੈ ਜੀ। 82,000 ਦੇ ਵਿੱਚੋਂ ਜੋ ਵੀ ਬਣਦਾ ਸਰਦਾ ਮਾਣਤਾਣ ਹੋ ਜਾਊਗਾ, ਠੀਕ ਹੈ ਜੀ। ਕੋਈ ਵੀਰ ਵਿਜਿਟ ਕਰੇ, ਪਹੁੰਚ ਕਰੇ, ਆਪਣੀ ਚੈੱਕ ਪਾਸ ਕਰੇ, ਠੀਕ ਹੈ ਜੀ, ਤੇ ਕਿਸੇ ਰਕਮ ਦੀ ਕੋਈ ਧਾਰਾਂ ਦੀ ਵਾਧ ਘਾਟ ਨਹੀਂ ਹੈਗੀ, ਚੋਣ ਚਾਣ ਇੱਕ ਨੰਬਰ ਆ, ਠੀਕ ਹੈ ਜੀ। ਤੇ 82,000 ਦੇ ਵਿੱਚੋਂ ਮਾਣਤਾਣ ਹੋ ਜਾਊਗਾ ਖੁੱਲਾ, ਸੋ ਕੋਈ 1,500 ਦਾ ਮਾਣਤਾਣ ਹੋ ਜਾਊਗਾ। ਕੋਈ ਭਰਾ ਇੱਥੇ ਵਿਜਿਟ ਕਰੇ, ਠੀਕ ਹੈ ਜੀ, ਤੇ ਛੋਟ ਛੱਪਾ ਹੋ ਜਾਊਗਾ ਦੱਸੀ ਗਈ ਰਕਮ ਦੇ ਵਿੱਚੋਂ। ਇੱਕ ਸੈਕਿੰਡ ਨੰਬਰ ਤੇ ਇਧਰ ਤੁਹਾਨੂੰ ਦਿਖਾਉਣੇ ਆ, ਇਹ ਮੱਝ ਦੋਸਤੋ ਚੌਥਾ ਸੂਆ ਸੁਣੀ ਹੈ, ਠੀਕ ਹੈ ਜੀ। ਸੋ ਪਿਛਲੇ ਸੂਬਿਆਂ ਦਾ ਦੁੱਧ ਇਹਦਾ ਤਕਰੀਬਨ ਕੋਈ 11 ਲੀਟਰ, 10-11 ਲੀਟਰ ਦੀ ਚੁਬਾਈ ਇਸ ਮੱਝ ਨੇ ਕਰਾਈ ਆ। ਸਿੰਗ ਛੋਟਾ ਬਿਲਕੁਲ ਗਲਾਈ ਦੇ ਵਿੱਚ ਤੇ ਹਜੇ ਕੱਚੀ ਹੈ, ਠੀਕ ਹੈ ਜੀ। ਸੋ ਸਮੇਂ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ ਲਿਖਤੀ ਤੌਰ ਵਾਲਾ ਸਮਾਂ ਹਜੇ ਮਹੀਨਾ ਇਹਦਾ ਬਾਕੀ ਆ, ਤੇ ਤਕਰੀਬਨ ਤੁਸੀਂ ਮੰਨ ਸਕਦੇ ਜੇ ਵੀ 9 ਮਹੀਨੇ ਕੰਪਲੀਟ ਹੋ ਗਏ ਆ, ਤੇ ਕੋਈ 2-4 ਦਿਨ ਉੱਪਰ ਟੱਪਣ ਡਏ ਆ, ਤੇ 1 ਮਹੀਨਾ ਹਜੇ ਬਾਕੀ ਆ ਇਹਦਾ ਸੂਣ ਦੇ ਵਿੱਚ। ਇਹ ਵੀ ਮੱਝ ਸੇਲ ਆ, ਠੀਕ ਹੈ ਜੀ, ਤੇ ਜੋੜੀ ਆ ਤੇ ਜੋੜੀ ਸੇਲ ਆ। ਇਮੀਡੀਏਟਲੀ ਜਿਹੜਾ ਦੋਸਤੋ ਬਾਹਰ ਫੋਰਮ ਦਾ ਕੰਮ ਬੰਨ ਕਰਕੇ ਜਿਹੜੇ ਇਹ ਦੋਨੋਂ ਨਗ ਜਿਹੜੇ ਸੇਲ ਸਰਦਾਰ ਜਗਤਾਰ ਸਿੰਘ ਹੁਣੀ ਕਰਦੇ ਪਏ ਨੇ, ਠੀਕ ਹੈ ਜੀ। ਸੋ ਫੇਸ ਫੂਸ ਕੁਆਲਿਟੀ ਚੰਗੀ ਆ, ਬਾਕੀ ਕਿਸੇ ਰਕਮ ਦਾ ਵੀ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਗੀ ਜੀ, ਠੀਕ ਆ। ਕੋਈ ਮੇਰਾ ਵੀਰ ਇਹ ਨਾ ਆਖੇ ਵੀ ਸ਼ਾਇਦ ਕੋਈ ਮਹੀਨਾ ਕੁ ਸਮਾਂ ਲੈਂਦੀ ਆ, ਕਿਸੇ ਰਕਮ ਦਾ ਦੋਸਤੋ ਭਾਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗੀ। ਜੋ ਗੱਲ ਕੀਤੀ ਜਾਊਗੀ ਬਿਲਕੁਲ ਸਹੀ ਤੇ ਸਟੀਕ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ, ਠੀਕ ਆ ਜੀ। ਇੱਥੇ ਆਣ ਕੇ ਕਿਸੇ ਵੀਰ ਨੇ ਟਿੱਪਣੀ ਆ ਤਪਾਉਣੀ ਆ, ਉਹ ਤੁਸੀਂ ਆਪਣਾ ਕ੍ਰਾਈਟੇਰੀਆ ਜਿਹੜਾ ਆਪਣਾ ਪੂਰਾ ਕਰ ਸਕਦੇ ਜੇ, ਠੀਕ ਆ। ਸੋ ਇਹ ਵੀ ਮੱਝ ਚੰਗੀ ਆ, ਤੇ ਥਣਾ ਥੁਣਾ ਵਾਲੇ ਪਾਸੇ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆ। ਵੈਸੇ ਡਰਾਈ ਪੀਰੀਅਡ ਹੀ ਆ, ਤੇ ਲੇਵੇ ਦੇ ਵਿੱਚ ਦੋਸਤੋ ਜਿਵੇਂ ਜਿਵੇਂ ਪਸ਼ੂ ਧਾਰਾ ਭਰੂਗਾ ਉਵੇਂ ਸਮਝ ਵਧੇਰੇ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ। ਤੇ ਫਿਲਹਾਲ ਇਹ ਤੁਹਾਨੂੰ ਅੱਜ ਦਿਖਾ ਦਿੰਦੇ ਆਪਾਂ। ਕੋਈ ਵੀਰ ਅੱਜ ਖਰੀਦਣ ਦਾ ਚਾਹਵਾਨ ਆ, ਤੇ ਅੱਜ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਉੱਪਰ ਮਿਲ ਜੂਗੀ, ਠੀਕ ਆ ਜੀ। ਤੇ ਡਿਮਾਂਡ ਇਹਦੀ ਵੀ ਬਿਲਕੁਲ ਬਰਾਬਰ ਹੀ ਆ, ਵੈਸੇ 82,000 ਇਹਦੀ ਡਿਮਾਂਡ ਸਰਦਾਰ ਸਾਹਿਬ ਉਹਨਾਂ ਨੇ ਕੀਤੀ ਆ, 82,000 ਦੇ ਵਿੱਚੋਂ ਮਾਣਤਾਣ ਹੋ ਜਾਊਗਾ, ਠੀਕ ਆ। ਤੇ ਥੋੜ੍ਹੀ ਜਿਹੀ ਆਪਾਂ 2-4 ਕਦਮ ਤੁਹਾਨੂੰ ਇਹ ਵੀ ਚਲਾ ਕੇ ਤੋਰ ਕੇ ਦਿਖਾ ਦਿੰਦੇ ਆ, ਤਾਂ ਜੋ ਵਧੇਰੇ ਸਮਝ ਲੱਗੂ ਸਾਰੇ ਵੀਰਾਂ ਨੂੰ, ਠੀਕ ਆ। ਇਹ ਦੋ ਨਾਗ ਨੇ ਦੋਸਤੋ ਅੱਜ ਜਿਹੜੇ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਣੇ ਸੀਗੇ, ਠੀਕ ਹੈ ਜੀ। ਸੋ ਦੋਵੇਂ ਨਾਗ ਬਕਾਊ ਆ, ਸੋ ਮੱਝਾਂ ਚੰਗੀਆਂ ਨੇ, ਘਰੇ ਕਿਸੇ ਵੀਰ ਸਾਂਭਣ ਵਾਲੇ ਨੇ ਲੈ ਕੇ ਜਾਣੀਆਂ, ਠੀਕ ਹੈ ਜੀ। ਤੇ ਬਹੁਤੇ ਵੀਰਾਂ ਦਾ ਡਿਸੀਜਨ ਹੁੰਦਾ ਵੀ ਘਰੋਂ ਮਾਲ ਖਰੀਦੀਏ, ਜੇਕਰ ਕੋਈ ਘਰੇਲੂ ਘਰ ਦੇ ਵਿੱਚੋਂ ਪੂਰੀ ਡਿਟੇਲ ਦੱਸ ਕੇ। ਠੀਕ ਹੈ ਜੀ, ਸੋ ਪੂਰੀ ਹੈਲਥੀ ਆ, ਪੂਰੀ ਰਾਜੀ ਆ, ਫੁੱਲ ਵਜਨ ਵੱਟੇ ਵਾਲੀ ਆ, ਠੀਕ ਹੈ ਜੀ। ਹਾਈਟ ਤਕਰੀਬਨ ਕੋਈ ਮੀਡੀਅਮ ਤੋਂ ਥੋੜ੍ਹੀ ਜਿਹੀ ਪਲੱਸ ਸਿੰਗਲ ਹੱਡੀ ਦੇ ਵਿੱਚ। ਆਰਡਰ ਜਿਹੜਾ ਦੋਸਤੋ ਬਿਲਕੁਲ ਡਰਾਈ ਪੀਰੀਅਡ ਦੇ ਵਿੱਚ, 1 ਮੰਥ ਬਾਕੀ ਆ ਸੂਣ ਦੇ ਵਿੱਚ, ਠੀਕ ਆ। ਸੋ ਪਸੰਦ ਆਊਗੀ ਸਾਰੇ ਵੀਰਾਂ ਨੂੰ। ਬਾਕੀ 82,000 ਦੀ ਕੀਮਤ ਆ, 82,000 ਦੇ ਵਿੱਚੋਂ ਛੋਟ ਛੱਪਾ ਮੌਕੇ ਤੇ ਹੋ ਜਾਊਗਾ, ਠੀਕ ਆ। ਸੋ ਮਹੀਨਾ ਮਹੀਨਾ ਹਜੇ ਸਾਂਭਣ ਦੀ ਲੋੜ, ਜਿਹੜਾ ਮਹੀਨਾ ਹੀ ਕੱਚੀ ਕੱਚੀ ਆ, ਠੀਕ ਆ ਜੀ, ਜਿਹੜਾ ਮਹੀਨਾ ਸਾਂਭਣ ਦੀ ਲੋੜ ਆ ਕਿਸੇ ਵੀਰ ਨੂੰ। ਤੇ ਬਾਕੀ ਸੋਹਣੀ ਹਾਈਟ ਕੱਦ ਦੇ ਵਿੱਚ ਇਹ ਦੋਨੋਂ ਮੱਝਾਂ ਜਿਹੜੀਆਂ ਦੋਸਤੋ ਬਕਾਊਗਾ, ਠੀਕ ਆ ਜੀ। ਤੇ ਨਾਲ ਦੀ ਨਾਲ ਹੀ ਤੁਸੀਂ ਜਿਹੜੀ ਇਹ ਮੱਝ ਸੂਈ ਸਵਾਈ ਇਹਦੀ ਚੁਬਾਈ ਪ੍ਰੋਪਰ ਤੁਸੀਂ ਦੇਖ ਲਈ ਆ, ਠੀਕ ਆ ਜੀ। ਸੋ ਚੁਬਾਈ 1 ਨੰਬਰ ਆ। ਤੇ ਇੱਕ ਹੋਰ ਗੱਲ ਓਨਰ ਦੁਆਰਾ ਕਹੀ ਗਈ ਸੀਗੀ, ਸੋ ਦੋਸਤੋ ਕਿਸੇ ਵੀਰ ਦਾ ਵਿਚਾਰ ਬਣਦਾ ਦੋਨੋਂ ਮੱਝਾਂ ਦਾ ਇਕੱਠਾ ਤੁਸੀਂ ਸੌਦਾ ਮਾਰਦੇ ਜੇ, ਤੇ ਮਾਣਤਾਂ ਖੁੱਲਾ ਹੋ ਜਾਊਗਾ, ਠੀਕ ਆ ਜੀ। ਤੇ ਵੈਸੇ ਜਿਹੜਾ ਤੁਹਾਨੂੰ ਰੇਟ ਦੱਸ ਹੀ ਦਿੱਤਾ, ਸੋ 82,000 ਦੇ ਵਿੱਚੋਂ ਕੋਈ 1,000 500 ਰੁਪਇਆ ਛੋਟ ਆ, ਠੀਕ ਆ ਜੀ। ਤੇ ਜੇਕਰ ਦੋਨੋਂ ਮੱਝਾਂ ਦਾ ਕੋਈ ਵੀਰ ਸੌਦਾ ਮਾਰ ਲਊਗਾ ਤੇ 1,55,000 ਦੀਆਂ ਤੁਹਾਨੂੰ ਇਹ ਦੋਨੋਂ ਮੱਝਾਂ ਮਿਲ ਜਾਣਗੀਆਂ, ਠੀਕ ਆ ਜੀ। ਸੋ ਚਾਹਵਾਨ ਵੀਰ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ, ਠੀਕ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।